ਸੰਕਲਪ ਰੂਪ ਵਰਸ਼ ਦੇ ਰੂਪ ਵਿੱਚ ਮਨਾਇਆ ਜਾਵੇ, ਮਨ ਤੇ ਚੱਲਣ ਦੀ ਅਪੀਲ ਕੀਤੀ ਜਾਂਦੀ ਹੈ। ਮਹਾਤਮਾ ਗਾਂਧੀ ਜੀ ਦੇ ਇਸੇ ਦੇਸ਼ ਨੂੰ ਅਮਨ ਸ਼ਾਂਤੀ ਵਾਲਾ ਸਾਰਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਇਸ ਦੇਸ਼ ਨੂੰ ਅਮਨ ਸ਼ਾਂਤੀ ਵਾਲਾ ਦੇਸ਼ ਬਣਾਉਣ ਦੇ ਵਿੱਚ ਆਪਣਾ ਸਹਿਯੋਗ ਦਿਓ। ਸਵੱਛ ਭਾਰਤ, ਭਾਰਤੀ ਜਨਤਾ ਪਾਰਟੀ, ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੇ 150ਵੇਂ ਸਾਲ ਨੂੰ ਇੱਕ ਸਦਭਾਵਨਾ ਯਾਤਰਾ ਦੇ ਰੂਪ ਲੈ ਰਹੀ ਹੈ। ਜਿਹੜਾ ਮਹਾਤਮਾ ਗਾਂਧੀ ਜੀ ਨੇ ਰਾਮ ਰਾਜ ਦਾ ਸੁਪਨਾ ਲਿੱਤਾ ਸੀ, ਉਸ ਨੂੰ ਸੁਪਨੇ ਨੂੰ ਪੂਰਾ ਕਰਨ ਵਾਸਤੇ ਭਾਰਤੀ ਜਨਤਾ ਪਾਰਟੀ ਵਚਨਬੱਧ ਹੈ। ਸਵੱਛ ਭਾਰਤ ਜਿਹਦਾ ਅਭਿਆਨ ਨਰਿੰਦਰ ਮੋਦੀ ਜੀ ਨੇ 1914 ਦੇ ਵਿੱਚ ਪਹਿਲੇ ਦਿਨ ਸਹੁੰ ਲੈਣ ਤੋਂ ਚੁੱਕਿਆ ਸੀ, ਉਸ ਨੂੰ ਪੂਰਾ ਕਰਦਿਆਂ ਹੋਇਆ ਅਸੀਂ ਸੰਕਲਪ ਲਿੱਤਾ ਕਿ 2022 ਤੱਕ ਭਾਰਤ ਨੂੰ ਇੱਕ ਸਵੱਛ ਰਾਸ਼ਟਰ ਦੇ ਰੂਪ 'ਚ ਡਿਕਲੇਅਰ ਕਰਵਾਇਆ ਜਾਏਗਾ। ਔਰ ਅੱਜ ਅਸੀਂ ਮਹਾਤਮਾ ਗਾਂਧੀ ਜੀ ਦੇ 150ਵੇਂ ਸਾਲ ਦੇ ਉੱਤੇ ਸਦਭਾਵਨਾ ਯਾਤਰਾ ਕਰਕੇ ਜੋ ਰਾਮ ਰਾਜ ਲੈਣ ਦਾ ਸੁਪਨਾ ਮਹਾਤਮਾ ਗਾਂਧੀ ਜੀ ਨੇ ਲਿੱਤਾ ਸੀ, ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਜੀ ਔਰ ਦੇਸ਼ ਦੇ ਹੋਮ ਮਿਨਿਸਟਰ ਔਰ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਦੇ ਅਗਵਾਈ ਦੇ ਵਿੱਚ ਅਸੀਂ ਇਹ ਸੰਕਲਪ ਨੂੰ ਪੂਰਾ ਕਰਾਂਗੇ ਔਰ ਦੇਸ਼ ਨੂੰ ਸਵੱਛ ਔਰ ਸੁਦ੍ਰਿੜ ਬਣਾ ਕੇ 2022 'ਚ ਨਿਆ ਇੱਕ ਇਤਿਹਾਸ। ਅੱਜ ਮਹਾਤਮਾ ਗਾਂਧੀ ਜੀ ਦੇ 150 ਸਾਲਾ ਜਨਮ ਸ਼ਤਾਬਦੀ ਦੇ ਉਪਲਕਸ਼ ਦੇ ਵਿੱਚ ਗੁਰਦਾਸਪੁਰ ਦੇ ਲੋਕਾਂ ਨੂੰ ਪੂਰੀ ਭਾਜਪਾ ਦੀ ਤਰਫ ਤੋਂ ਸਦਭਾਵਨਾ ਲਈ ਇੱਕ ਜਿਹੜੀ ਆ ਯਾਤਰਾ ਕੱਢੀ ਗਈ ਆ ਔਰ ਲੋਕਾਂ ਨੂੰ ਅਪੀਲ ਕੀਤੀ ਗਈ ਆ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਕਿ ਆਪਾਂ ਸਾਰੇ ਸ਼ਾਂਤੀ ਬਣਾਉਣ ਲਈ ਸਦਭਾਵਨਾ ਜਿਹੜੀ ਆ ਉਹ ਬਣਾਈ ਰੱਖੀਏ। ਇਹਦੇ ਉਪਲਕਸ਼ 'ਚ ਅੱਜ ਮਹਾਤਮਾ ਗਾਂਧੀ ਜੀ ਦੀ 150 ਸਾਲਾਂ ਦੇ ਉੱਤੇ ਜਨਮ ਸ਼ਤਾਬਦੀ ਦੇ ਜਿਹੜੀ ਆ ਸੰਕਲਪ ਯਾਤਰਾ ਕੱਢੀ ਗਈ।